ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਸਾਡਾ ਕੁਐਸਚਨ ਹੈਗਾ, ਸੈਟ ਅਪ ਇਕੁਏਸ਼ਨਸ ਐਂਡ ਸੋਲਵ ਦੈਮ ਟੂ ਫਾਈਂਡ ਦੀ ਅਨਨੋਨ ਨੰਬਰਸ ਇਨ ਦੀ ਫੋਲੋਇੰਗ ਕੇਸ। ਠੀਕ ਹੈ ਜੀ, ਸਾਨੂੰ ਗਿਵਨ ਹੈ ਕਿ 1/5 ਆਫ ਏ ਨੰਬਰ -4 ਗਿਵਸ 3। ਠੀਕ ਹੈ ਜੀ, ਦੇਖੋ ਅਸੀਂ ਜਿਹੜਾ ਨੰਬਰ ਸਾਨੂੰ ਬੋਲਿਆ ਪਿਆ ਨਾ, ਇੱਥੇ ਇਹ ਫਾਈਂਡ ਕਰਨਾ, ਤੇ ਕੰਡੀਸ਼ਨ ਕੀ ਦਿੱਤੀ ਹੈ, 1/5 ਆਫ ਏ ਨੰਬਰ -4 ਗਿਵਸ 3। ਦੇਖੋ ਕੀ ਬਣਿਆ ਹੈ, ਸਭ ਤੋਂ ਪਹਿਲਾਂ ਚਲੋ ਅਸੀਂ ਨੰਬਰ ਲੈਟ ਕਰ ਲੈਂਦੇ ਹਾਂ, ਲੈਟ x ਵੀ ਦੀ ਨੰਬਰ, ਜਿਹੜਾ ਨੰਬਰ ਅਸੀਂ ਫਾਈਂਡ ਕਰਨਾ। ਠੀਕ ਹੈ ਜੀ, ਹੁਣ ਇਸ ਨੰਬਰ ਤੇ ਕੰਡੀਸ਼ਨ ਕੀ ਦਿੱਤੀ ਪਈ ਹੈ, 1/5 ਆਫ ਏ ਨੰਬਰ ਮਤਲਬ 1/5 ਆਫ x ਇਨਟੂ x। ਠੀਕ ਹੈ ਜੀ, ਇਹ ਹੋ ਗਿਆ ਨਾ 1/5 ਆਫ ਏ ਨੰਬਰ -4 ਦੈਟ ਇਜ਼ ਇਕੁਅਲ ਟੂ -4 ਗਿਵਸ 3 ਇਕੁਅਲ ਟੂ 3। ਇਹ ਹੈ ਨਾ 1/5 ਆਫ ਏ ਨੰਬਰ -4 ਗਿਵਸ 3। ਠੀਕ ਹੈ ਜੀ, ਹੁਣ ਜਿਹੜਾ ਇਹ ਇਕੁਏਸ਼ਨ ਹੈ ਜੋ ਅਸੀਂ x ਦੀ ਵੈਲਿਊ ਫਾਈਂਡ ਕਰਨੀ ਹੈ। ਠੀਕ ਹੈ, ਸਭ ਤੋਂ ਪਹਿਲਾਂ ਸਾਨੂੰ ਕੀ ਹੈ, ਜਿਹੜਾ ਇਹ 4 ਹੈਗਾ ਨਾ, ਇਹਨੂੰ ਖਤਮ ਕਰਨਾ ਪੈਣਾ ਹੈ। ਇਹ 4 ਖਤਮ ਕਿਵੇਂ ਕਰ ਸਕਦੇ ਹਾਂ, ਜੇ ਅਸੀਂ ਦੋਨੋਂ ਸਾਈਡ ਐਡ ਕਰ ਦਾਂਗੇ 4 ਨੂੰ। ਠੀਕ ਹੈ ਜੀ, ਐਡਿੰਗ 4 ਔਨ ਬੋਥ ਸਾਈਡਸ। ਠੀਕ ਹੈ ਜੀ, ਐਡ ਕਰਕੇ ਸਾਡੇ ਕੋਲ ਕੀ ਆ ਜਾਏਗਾ, 1/5 ਸੋਰੀ ਐਕਸ ਓਵਰ 5 ਲਿਖ ਲੈਂਦੇ ਡਾਇਰੈਕਟ ਹੀ, -4 +4 ਇਕੁਅਲ ਟੂ 3+4। ਠੀਕ ਹੈ ਜੀ, ਸੋਲਵ ਕਰਕੇ ਸਾਡੇ ਕੋਲ ਕੀ ਆ ਗਿਆ, x ਓਵਰ 5 ਕੈਂਸਲ ਹੋ ਗਿਆ। ਠੀਕ ਹੈ ਜੀ, ਦੈਟ ਇਜ਼ ਇਕੁਅਲ ਟੂ 3+4 ਕਿੰਨਾ ਆ ਗਿਆ, 7। ਠੀਕ ਹੈ ਜੀ, ਹੁਣ ਦੇਖੋ ਹੁਣ ਅਸੀਂ ਕੀ ਕਰਨਾ ਹੈ, ਇਹ 5 ਖਤਮ ਕਰਨਾ, ਤਾਂ 5 ਕੀ ਮਲਟੀਪਲਾਈ ਕਰ ਦਾਂਗੇ ਬੋਥ ਸਾਈਡ 5 ਨਾਲ। ਠੀਕ ਹੈ ਜੀ, ਮਲਟੀਪਲਾਈ ਬੋਥ ਸਾਈਡ ਬਾਏ 5। ਠੀਕ ਹੈ ਜੀ, ਕੀ ਆ ਜਾਏਗਾ, 5 ਇੰਟੂ ਐਕਸ ਓਵਰ 5 ਇਜ਼ ਇਕੁਅਲ ਟੂ 7 ਇੰਟੂ 5। ਠੀਕ ਹੈ ਜੀ, ਸੋਲਵ ਕਰਕੇ ਕੀ ਆ ਗਿਆ, 5 ਨਾਲ 5 ਕੈਂਸਲ ਹੋ ਜਾਏਗਾ ਸਾਡਾ ਇੱਥੇ ਤੇ। ਠੀਕ ਹੈ, ਕੀ ਬਣ ਗਿਆ, ਐਕਸ ਇਕੁਅਲ ਟੂ 30। ਜਿਹੜਾ ਨੰਬਰ ਅਸੀਂ ਫਾਈਂਡ ਕਰਨਾ ਤਾਂ ਅਨਨੋਨ ਨੰਬਰ ਸਾਡੇ ਕੋਲ ਆ ਗਿਆ। ਠੀਕ ਹੈ ਜੀ, ਧੰਨਵਾਦ।